ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲਣ ਦਾ ਕ੍ਰੈਡਿਟ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਹੈ। ਨਹੀਂ ਚਲੋ ਸਿੱਧੂ ਨੂੰ ਵੀ ਕ੍ਰੈਡਿਟ ਤਾਂ ਜਾਂਦਾ ਹੀ ਹੈ, ਦੇਖੋ ਜਿੰਨਾ ਕਿਸੇ ਦਾ ਰੋਲ ਹੈ ਉਹਨੂੰ ਉਹਦੇ 'ਚ ਹੋਣਾ ਚਾਹੀਦਾ। ਸਰਕਾਰਾਂ ਦਾ ਵੀ ਰੋਲ ਹੈ, ਪਾਕਿਸਤਾਨ ਸਰਕਾਰ ਨੇ ਵੀ ਹਿੰਦੁਸਤਾਨ ਦੀ ਸਰਕਾਰ ਨੇ ਵੀ ਬਹੁਤ ਅੱਛਾ ਕੰਮ ਕੀਤਾ, ਲੇਕਿਨ ਸਿੱਧੂ ਦਾ ਆਪਣਾ ਰੋਲ ਹੈ, ਉਹਦਾ ਪੋਜ਼ਿਟਿਵ ਰੋਲ ਹੈ, ਉਹਦੇ 'ਚ ਕੋਈ ਉਹ ਮਾੜੀ ਗੱਲ ਨਹੀਂ ਹੈ। ਨਹੀਂ ਇਕੱਲਾ ਸਿੱਧੂ ਨੂੰ ਰੋਲ ਕ੍ਰੈਡਿਟ ਦੇਣਾ ਤਾਂ ਨਹੀਂ ਹੈ, ਪਰ ਸਿੱਧੂ ਦਾ ਪੋਜ਼ਿਟਿਵ ਰੋਲ ਸੀ, ਚੰਗੀ ਗੱਲ ਹੈ ਉਹਨਾਂ ਨੇ ਕੀਤੀ ਹੈ। ਸਰ ਜਿਹੜਾ ਹੁਣ ਇੱਕ ਜਿਹੜਾ ਫੀਸ ਲਗਾਈ ਗਈ ਹੈ, ਇਸ ਫੀਸ ਨੂੰ ਲੈ ਕੇ ਵੀ ਕੀ ਸਿੱਧੂ ਸਾਹਿਬ ਨੂੰ ਗੱਲ ਕਰਨੀ ਚਾਹੀਦੀ ਹੈ? ਉਹ ਤਾਂ ਜ਼ਰੂਰ ਕਰਨੀ ਚਾਹੀਦੀ ਹੈ, ਜੇ ਉਹਨਾਂ ਦਾ ਹੋ ਸਕਦਾ ਹੋਵੇ ਤਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸਾਰਿਆਂ ਨੂੰ ਇਕੱਠੇ ਮਿਲ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣਾ ਚਾਹੀਦਾ ਸੀ। ਇਹ ਤਾਂ ਦੁੱਖ ਦੀ ਗੱਲ ਹੈ ਵੀ ਸਟੇਜਾਂ 'ਤੇ ਦੇਖੋ ਜਥੇਦਾਰ ਸਾਹਿਬਾਨਾਂ ਨੇ ਵੀ, ਮੈਂ ਸਮਝਦਾ ਪੂਰੀ ਤਰ੍ਹਾਂ ਫੈਸਲਾ ਨਹੀਂ ਕੀਤਾ, ਉਹਨਾਂ ਕਿਹਾ ਸਟੇਜਾਂ 'ਤੇ ਲਾ ਸਕਦੇ ਹੋ ਅਤੇ ਬੋਲਣਾ ਨਹੀਂ। ਉਹ ਤਾਂ ਕਿਸੇ ਨੇ ਬੋਲਣਾ ਕੀ ਹੈ, ਗੁਰੂ ਨਾਨਕ ਸਾਹਿਬ ਦੀ ਲਾਈਫ 'ਤੇ ਬੋਲਣੇ, ਅਤੇ ਉਹ ਦੁੱਖ ਦੀ ਗੱਲ ਹੈ ਕਿ ਜਿਹਨੇ ਇੱਕ ਐਸਾ ਸੰਦੇਸ਼ ਦਿੱਤਾ ਗੁਰੂ ਨਾਨਕ ਸਾਹਿਬ ਨੇ, ਉਹਨਾਂ ਦੇ ਸੰਦੇਸ਼ ਨੂੰ ਵੱਖੋ ਵੱਖਰੇ ਢੰਗ ਨਾਲ ਅਤੇ ਵੱਖੋ ਵੱਖਰੇ ਤਰੀਕੇ ਨਾਲ ਮਨਾਇਆ ਜਾ ਰਿਹਾ ਅਤੇ ਸਾਰੀ ਸੰਗਤ ਨੂੰ ਇਕੱਠੇ ਹੋ ਕੇ ਮਨਾਉਣਾ ਚਾਹੀਦਾ। ਇਸ ਤੋਂ ਇਲਾਵਾ ਢੀਂਡਸਾ ਨੇ ਅਕਾਲੀ ਦਲ ਦੇ ਨਾਲ ਮਤਭੇਦ ਅਤੇ ਰਾਜ ਸਭਾ ਤੋਂ ਅਸਤੀਫਾ ਦੇਣ ਬਾਰੇ ਪੁੱਛੇ ਗਏ ਸਵਾਲ 'ਤੇ ਕਿਹਾ ਕਿ ਸਿਧਾਂਤਕ ਮਤਭੇਦ ਦੇ ਚੱਲਦਿਆਂ ਉਹਨਾਂ ਨੇ ਰਾਜ ਸਭਾ ਦੀ ਮੈਂਬਰਸ਼ਿਪ ਛੱਡੀ ਸੀ। ਨਹੀਂ ਕਾਰਨ ਕੀ ਹੈ ਕਿ ਭਾਵੇਂ ਪਾਰਟੀ ਨਾਲ ਕੋਈ ਗੱਲਬਾਤ ਨਹੀਂ, ਉੱਥੇ ਪਾਰਟੀ ਦੇ ਸਿਧਾਂਤਕ ਤੌਰ 'ਤੇ ਪਾਰਟੀ ਦੇ ਪੋਲਿਸੀਆਂ ਬਾਰੇ ਪਤਾ ਹੁੰਦਾ ਅਤੇ ਉੱਥੇ ਸਾਡੀ ਤਾਂ ਕੋਈ ਮੀਟਿੰਗ ਨਹੀਂ ਹੁੰਦੀ ਸੀ, ਇਸ ਕਰਕੇ ਮੇਰਾ ਕੋਈ ਆਈਡੀਆ ਨਹੀਂ ਸੀ ਉੱਥੇ ਰਹਿਣ ਦਾ। ਨਹੀਂ ਸਾਡੀ ਹੁਣ ਤਾਂ ਕੋਈ ਗੱਲ ਨਹੀਂ ਬਾਤ ਹੁੰਦੀ, ਪਾਰਟੀ 'ਚ ਹੈਗਾ ਮੈਂ, ਸ਼੍ਰੋਮਣੀ ਅਕਾਲੀ ਦਲ 'ਚ ਬੜੀਆਂ ਕੁਰਬਾਨੀਆਂ ਕੀਤੀਆਂ, ਬਹੁਤ ਜੇਲ੍ਹਾਂ ਕੱਟੀਆਂ, ਇਹ ਤਾਂ ਪਾਰਟੀ ਦਾ ਸਾਡੀ ਆਪਣੀ ਹੈ। ਕੋਈ ਸਿਧਾਂਤਕ ਮਤਭੇਦ ਹੁੰਦੇ ਆ, ਸਾਡੇ ਸਿਧਾਂਤਕ ਮਤਭੇਦ ਆ ਕੋਈ ਦੂਰ ਹੋ ਸਕਦਾ, ਇਹ ਤਾਂ ਹੁਣ ਅੱਜ ਨਹੀਂ ਕਿਹਾ ਜਾ ਸਕਦਾ ਕੁਛ ਵੀ। ਤੁਹਾਨੂੰ ਦੱਸ ਦਈਏ ਕਿ ਸੁਖਦੇਵ ਸਿੰਘ ਢੀਂਡਸਾ ਲੁਧਿਆਣਾ ਦੇ ਗੁਰੂ ਨਾਨਕ ਖਾਲਸਾ ਕਾਲਜ 'ਚ ਕਰਵਾਏ ਜਾ ਰਹੇ ਸੈਮੀਨਾਰ 'ਚ ਸ਼ਾਮਲ ਹੋਣ ਲਈ ਆਏ ਸਨ, ਜਿੱਥੇ ਉਹਨਾਂ ਨੇ ਇਹਨਾਂ ਤਮਾਮ ਮੁੱਦਿਆਂ 'ਤੇ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋਰਟ, ਗਲੋਬਲ ਪੰਜਾਬ ਟੀਵੀ। ਧੰਨ ਧੰਨ ਬਾਬਾ ਦੀਪ ਸਿੰਘ, ਤੇਰੀ ਕੁਰਬਾਨੀ ਨਹੀਂ ਜੰਮਣਾ ਜੱਗ ਤੇ ਕੋਈ ਤੇਰਾ ਸਾਨੀ। ਅੰਮ੍ਰਿਤ ਛੱਕ ਕੇ ਸਿੰਘ ਸਰਦਾਰ ਬਣਿਆ, ਅੰਮ੍ਰਿਤ ਛੱਕ ਕੇ ਸਿੰਘ ਸਰਦਾਰ ਬਣਿਆ, ਉਹ ਦੀਪਾ ਨਾਂ ਤੋਂ ਦੀਪ ਸਿੰਘ ਬਣ ਕੇ ਸਿੰਘ ਸੂਰਮਾ ਨੇਕ ਕਿਰਦਾਰ ਬਣਿਆ। ਖੱਬੇ ਹੱਥ ਨਾਲ ਸੀਸ ਨੂੰ ਸਾਂਭ ਕੇ ਤੇ ਸੱਜੇ ਹੱਥ ਨਾਲ ਖੰਡਾ ਖੜਕਾਉਣ ਲੱਗੇ, ਦੁਸ਼ਮਣ ਦਲਾਂ ਵਿੱਚ ਭਾਜੜਾਂ ਪੈ ਗਈਆਂ, ਵੈਰੀ ਛੱਡ ਕੇ ਭੱਜਣ ਮੈਦਾਨ ਲੱਗੇ, ਉਹ ਸਿੰਘਾਂ ਦੀਆਂ ਤੇ ਲਾਸ਼ਾਂ ਵੀ ਲੜਦੀਆਂ ਨੇ, ਸਾਰੇ ਵੇਖ ਕੇ ਹੁਣ ਹੈਰਾਨ ਲੱਗੇ।